ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਦਾ ਸਟੇਟ ਟੀ ਵੀ ਵੇਖ ਰਹੇ ਹੋ ਤੁਸੀਂ, ਅਤੇ ਇਸ ਵਕਤ ਅਸੀਂ ਮੌਜੂਦ ਹਾਂ ਚੰਡੀਗੜ੍ਹ ਦੇ ਵਿੱਚ। ਚੰਡੀਗੜ੍ਹ ਤੋਂ ਜੋ ਵਿਧਾਨ ਸਭਾ ਹੈ, ਪੰਜਾਬ ਹਰਿਆਣਾ ਦੀ ਵਿਧਾਨ ਸਭਾ ਹੈ, ਵਿਧਾਨ ਸਭਾ ਦਾ ਇਹ ਰਾਹ ਜਿਹੜਾ ਤੁਹਾਨੂੰ ਵਿਖਾ ਰਹੇ ਹਾਂ, ਇਹ ਰਸਤਾ ਵਿਧਾਨ ਸਭਾ ਨੂੰ ਜਾਂਦਾ ਹੈ। ਤਕਰੀਬਨ ਇੱਥੋਂ 600 ਮੀਟਰ ਦੀ ਦੂਰੀ ਦੇ ਉੱਤੇ ਵਿਧਾਨ ਸਭਾ ਹੈ, ਪੰਜਾਬ ਦੀ ਵਿਧਾਨ ਸਭਾ ਅਤੇ ਪੰਜਾਬ ਦਾ ਸੈਕਟਰੀਏਟ ਹੈ। ਅਤੇ ਇਸ ਤੋਂ ਅੱਗੇ ਕੁਝ ਹੀ ਦੂਰੀ ਦੇ ਉੱਤੇ, ਤਕਰੀਬਨ 600 ਮੀਟਰ ਹੋਰ ਦੂਰ ਜਾ ਕੇ ਹਰਿਆਣਾ ਦੇ CM ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਰਿਹਾਇਸ਼ ਆ। ਅਤੇ ਇਸ ਤੋਂ ਦੂਸਰੇ ਪਾਸੇ ਤਕਰੀਬਨ ਇੱਕ ਕਿਲੋਮੀਟਰ ਦੇ ਰਸਤੇ ਦੇ ਉੱਤੇ ਜਿਹੜਾ ਇਹ ਇੱਕ ਬੰਬਨੁਮਾ ਵਸਤੂ ਮਿਲੀ ਹੈ, ਜਿਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਪੱਬਾਂ ਪਾ ਰਿਹਾ। ਪ੍ਰਸ਼ਾਸਨ ਦੇ ਵੱਲੋਂ ਉਸ ਬੰਬ ਨੂੰ ਲਗਾਤਾਰ ਉਸ ਦੇ ਉੱਤੇ ਜਿਹੜੀ ਆ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਬੰਬ ਆਇਆ ਕਿਵੇਂ, ਅਤੇ ਇਸ ਬੰਬ ਨੂੰ ਰੱਖਣ ਦੇ ਪਿੱਛੇ ਕੀ ਚਾਹਨਾ ਨੇ। ਹਾਲਾਂਕਿ ਜੋ CM ਸਿਕਿਉਰਿਟੀ ਦੇ ਸੀਨੀਅਰ ਅਧਿਕਾਰੀ ਪਹੁੰਚੇ ਸੀ, ਉਹਨਾਂ ਦਾ ਕਹਿਣਾ ਹੈ ਕਿ ਇਹ ਮਿਸ ਫਾਇਰਡ ਬੰਬ ਹੈ ਜੋ ਚਲਾਉਣ ਦੇ ਵਿੱਚ ਨਹੀਂ ਆਇਆ, ਪਰ ਫਿਲਹਾਲ ਦੇ ਲਈ ਉਸ ਨੂੰ ਉਸੇ ਤਰ੍ਹਾਂ ਢੱਕ ਦਿੱਤਾ ਗਿਆ ਹੈ ਜੋ ਰੇਤੇ ਦੀਆਂ ਬੋਰੀਆਂ ਦੇ ਨਾਲ, ਤਾਂ ਜੋ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ। ਪੁਲਿਸ ਪ੍ਰਸ਼ਾਸਨ ਉੱਥੇ ਲਗਾ ਦਿੱਤਾ ਗਿਆ ਹੈ। ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਜਿਹੜੀ ਹੈ ਇਸ ਚੀਜ਼ ਨੂੰ ਹੁਣ ਖੰਗਾਲਿਆ ਜਾ ਰਿਹਾ ਕਿ ਆਖਿਰਕਾਰ ਇਸ ਦੇ ਪਿੱਛੇ ਹੈ ਕੌਣ। ਦੱਸ ਦਈਏ ਕਿ ਬਹੁਤੀ ਦੂਰੀ ਨਹੀਂ ਹੈ, ਬਹੁਤ ਵੱਡੀ ਖਤਰੇ ਵਾਲੀ ਗੱਲ ਹੈ ਜੇਕਰ ਅਜਿਹੀਆਂ ਚੀਜ਼ਾਂ ਇੱਥੋਂ ਮਿਲਦੀਆਂ ਨੇ। ਹਾਲਾਂਕਿ ਇਸ ਨੂੰ ਫੁੱਲੀ ਸਿਕਿਉਰਟਿਡ ਏਰੀਆ ਦੱਸਿਆ ਜਾਂਦਾ ਹੈ। ਇਸ ਜੋ ਪਿੱਛੇ ਸਾਡੇ ਵੇਖੋਗੇ ਇੱਕ ਅੰਬਾਂ ਦੇ ਬਾਗ ਦੇ ਰੂਪ 'ਚ ਬਣੀ ਹੋਈ ਜਗ੍ਹਾ ਜਿੱਥੋਂ ਇਹ ਬੰਬਨੁਮਾ ਵਸਤੂ ਮਿਲੀ ਹੈ। ਦੱਸ ਦਈਏ ਕਿ ਇਸੇ ਜੋ ਅੰਬਾਂ ਦੇ ਬਾਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਜੋ ਹੈਲੀਪੈਡ ਹੈ, ਜਿੱਥੋਂ ਪੰਜਾਬ ਦੇ ਮੁੱਖ ਮੰਤਰੀ ਹੈਲੀਕਾਪਟਰ ਦੇ ਜ਼ਰੀਏ ਪੰਜਾਬ ਜਾਂ ਹੋਰ ਵੱਖ ਵੱਖ ਏਰੀਏ ਦੇ ਵਿੱਚ ਜਾਂਦੇ ਨੇ। ਸੋ ਇੱਥੋਂ ਤਕਰੀਬਨ 1 ਕਿਲੋਮੀਟਰ ਦਾ ਏਰੀਆ ਇਸ ਬਾਗ ਦੇ ਐਂਡ ਵਾਲੀ ਜੋ ਸੜਕ ਹੈ ਉਸ ਦੇ ਉੱਤੇ ਜਿਹੜਾ ਇਹ ਬੰਬਨੁਮਾ ਵਸਤੂ ਮਿਲੀ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਲਗਾਤਾਰ ਪੱਬਾਂ ਪਾ ਰਿਹਾ। ਤੁਹਾਨੂੰ ਵਿਖਾਵਾਂਗੇ ਕਿ ਲਗਾਤਾਰ ਜਿਹੜੀਆਂ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ, ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਦਿਖਾਉਣਗੇ ਕਿ ਲਗਾਤਾਰ ਪੁਲਿਸ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਉਸ ਜਗ੍ਹਾ ਦੇ ਵੱਲ ਜਾਣੀਆਂ ਸ਼ੁਰੂ ਹੋ ਚੁੱਕੀਆਂ ਨੇ। ਵੱਡੇ ਪੁਲਿਸ ਆਫਿਸਰ ਉੱਥੇ ਪਹੁੰਚ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਵੀ ਹੁਣ ਇਸ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ, ਕਿਉਂਕਿ ਦੋ ਸਟੇਟਾਂ ਦੇ ਮੁੱਖ ਮੰਤਰੀ ਇੱਥੇ ਰਹਿੰਦੇ ਨੇ। ਪੰਜਾਬ ਅਤੇ ਹਰਿਆਣਾ ਦੀ ਜੋ ਹਾਈਕੋਰਟ ਵੀ ਇੱਥੋਂ ਤਕਰੀਬਨ ਨਜ਼ਦੀਕ ਪੈਂਦੀ ਹੈ, ਅਤੇ ਨਾਲ ਹੀ ਇੱਥੋਂ ਸਾਰੇ ਪੰਜਾਬ ਦੇ MLA ਦੀ ਰਿਹਾਇਸ਼ ਨਜ਼ਦੀਕ ਪੈ ਜਾਂਦੀ ਹੈ, ਪੰਜਾਬ ਵਿਧਾਨ ਸਭਾ ਨੇੜੇ ਪੈ ਜਾਂਦੀ ਹੈ, ਅਤੇ ਪੰਜਾਬ ਅਤੇ ਹਰਿਆਣਾ ਦਾ ਸਿਵਲ ਸਕੱਤਰੇਟ ਜੋ ਸੈਕਟਰੀਏਟ ਹੈ ਉਹ ਵੀ ਇੱਥੇ ਹੀ ਪੈਂਦਾ। ਸੋ ਇਸ ਨੂੰ ਲੈ ਕੇ ਹੁਣ ਪ੍ਰਸ਼ਾਸਨ ਦੀ ਗੰਭੀਰਤਾ ਵਧੀ ਹੈ, ਪ੍ਰਸ਼ਾਸਨ ਲਗਾਤਾਰ ਇਸ ਨੂੰ ਹੁਣ ਖੰਗਾਲਣ ਦੀ ਕੋਸ਼ਿਸ਼ ਕਰ ਰਿਹਾ। ਹਾਲਾਂਕਿ ਇਸ ਬੰਬ ਨੂੰ ਹੁਣ ਆਰਮੀ ਦੇ ਹਵਾਲੇ ਕੀਤਾ ਜਾਏਗਾ, ਆਰਮੀ ਦੀਆਂ ਟੀਮਾਂ ਵੀ ਕੁਝ ਹੀ ਸਮੇਂ ਦੇ ਵਿੱਚ ਇੱਥੇ ਪਹੁੰਚ ਜਾਣਗੀਆਂ, ਜਿਨ੍ਹਾਂ ਦੇ ਵੱਲੋਂ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਇਸ ਦੀ ਦੁਬਾਰਾ ਜਿਹੜੀ ਉਹ ਜਾਂਚ ਪੜਤਾਲ ਕੀਤੀ ਜਾਏਗੀ ਕਿ ਆਖਿਰਕਾਰ ਕੀ ਵਾਕਿਆ ਸੱਚਮੁੱਚ ਇਹ ਮਿਸਫਾਇਰਡ ਹੈ ਜਾਂ ਇਸ ਦੇ ਵਿੱਚ ਇਹ ਜ਼ਿੰਦਾ ਬੰਬ ਹੈ, ਇਸ ਦੇ ਨਾਲ ਕੋਈ ਖਤਰਾ ਹੋ ਸਕਦਾ ਸੀ ਇੱਥੋਂ ਦੇ ਲੋਕਾਂ ਨੂੰ। ਜੋ ਸੀਨੀਅਰ ਅਧਿਕਾਰੀ CM ਸਿਕਿਉਰਿਟੀ ਦੇ ਪਹੁੰਚੇ ਸੀ, ਉਹਨਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਜੋ ਆਲੇ ਦੁਆਲੇ ਦੀਆਂ ਦੁਕਾਨਾਂ ਨੇ ਉਹਨਾਂ ਦੇ ਵਿੱਚ ਕੁਝ ਕਵਾੜ ਦੀਆਂ ਦੁਕਾਨਾਂ ਨੇ, ਜਿਨ੍ਹਾਂ ਕਵਾੜ ਦੀਆਂ ਦੁਕਾਨਾਂ ਵਾਲਿਆਂ ਤੋਂ ਵੀ ਹੁਣ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾਏਗੀ। ਸੋ ਇਹ ਤਸਵੀਰਾਂ ਬਹੁਤ ਖਾਸ ਨੇ, ਤਸਵੀਰਾਂ ਤੁਹਾਨੂੰ ਅੱਗੇ ਵਿਖਾਉਂਦੇ ਜਾਵਾਂਗੇ ਕਿ ਜੋ CM ਦੀ ਰਿਹਾਇਸ਼ ਤੋਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੋਂ ਤਕਰੀਬਨ 2.5 ਕਿਲੋਮੀਟਰ ਦੇ ਏਰੀਏ ਦੇ ਵਿੱਚ ਇਹ ਬੰਬ ਮਿਲਿਆ ਹੈ। ਹਾਲਾਂਕਿ ਇਸ ਨੂੰ ਮਿਸਫਾਇਰਡ ਬੰਬ ਦੱਸਿਆ ਜਾ ਰਿਹਾ ਹੈ, ਜਿਸ ਨੂੰ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਸੀਰੀਅਸ ਲਿਆ ਜਾ ਰਿਹਾ, ਅਤੇ ਇਸ ਦੇ ਉੱਤੇ ਜਿਹੜੀਆਂ ਪ੍ਰਸ਼ਾਸਨ ਦੀਆਂ ਵੱਡੀਆਂ ਟੀਮਾਂ ਇੱਥੇ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ। ਕੁਝ ਹੀ ਸਮੇਂ ਦੇ ਵਿੱਚ ਆਰਮੀ ਦੀ ਜੋ ਟੀਮ ਇੱਥੇ ਪਹੁੰਚੇਗੀ, ਜਿਸ ਦੇ ਹਵਾਲੇ ਇਸ ਬੰਬ ਨੂੰ ਕੀਤਾ ਜਾਏਗਾ, ਅਤੇ ਆਰਮੀ ਉਸ ਤੋਂ ਬਾਅਦ ਇਸ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਰਿਪੋਰਟ ਦੇਗੀ ਕਿ ਆਖਿਰਕਾਰ ਕਿਤੇ ਇਹ ਜ਼ਿੰਦਾ ਬੰਬ ਤਾਂ ਨਹੀਂ ਸੀ। ਜਿਹੜਾ ਬੰਬ ਹੈ ਉਹ ਮਿਲਿਆ, ਇਹ ਇਨਫੋਰਮੇਸ਼ਨ ਕੀ ਸੀ ਅਤੇ ਹੁਣ ਕੀ ਉਹਦੇ 'ਚ ਕਰ ਰਹੇ? ਕੰਟਰੋਲ ਰੂਮ ਤੋਂ ਮੈਸੇਜ ਆਇਆ ਤਾਂ 358 ਪੇ ਕਰਕੇ ਇਹ ਕਾਂਸਲ ਔਰ ਇਹ ਜੋ ਨਿਆ ਗਰਾਊਂਡ ਕੀ ਜੋ ਟੀ ਪੁਆਇੰਟ ਹੈ ਯਹਾਂ ਪੇ ਕੋਈ ਐਸਾ ਅਨਵਾਂਟਡ ਚੀਜ਼ ਮਿਲੀ ਹੈ, ਤੋ ਜਬ ਹਮਨੇ ਆ ਕੇ ਚੈੱਕ ਕੀਆ ਤੋ ਇਟ ਵਾਜ਼ ਅ ਸ਼ੈਲ, ਇਟ ਇਜ਼ ਅ ਲਾਈਵ ਸ਼ੈਲ, ਤੋ ਅਭੀ ਉਸਕੋ ਸਿਕਿਓਰ ਕਰ ਲਿਆ ਹਮੇ
ਪਰ ਅਭੀ ਇਹ ਇਨਵੈਸਟੀਗੇਸ਼ਨ ਕਾ ਪਾਰਟ ਹੈ, ਅਭੀ ਪਤਾ ਕਰ ਰਹੇ ਹੈ ਕਿ ਕਹਾਂ ਅਸੀਂ ਯਹਾਂ ਤੱਕ ਪਹੁੰਚਾ ਕੈਸੇ। ਜੀ ਸਰ, ਅਭੀ ਇਸਕਾ ਕਿਆ ਕਰੇਂਗੇ ਮਤਲਬ ਕਿ ਕੁਛ ਨਹੀਂ, ਅਭੀ ਇਸਕੀ ਕਾਰਵਾਈ ਹੈ ਕਿ ਵੀ ਮੇਕ ਇਟ ਅ ਸੇਫ ਐਂਡ ਸਾਊਂਡ, ਹਮਨੇ ਉਸਕੋ ਵਿਦ ਦਾ ਹੈਲਪ ਆਫ ਪੁਲਿਸ ਬੰਬ ਸਕਾਡ ਕੇ ਸਾਥ ਮਿਲ ਕੇ ਹਮਾਰੀ ਟੀਮ ਨੇ ਇਸਕੋ ਹਮਨੇ ਕਵਰ ਕਰ ਦਿਆ ਹੈ। ਅਬ ਆਰਮੀ ਵਾਲੇ ਆਏਂਗੇ ਐਂਡ ਦੇ ਵਿਲ ਟੇਕ ਕੇਅਰ ਆਫ ਇਟ। ਤੋ ਸਰ ਪ੍ਰਾਇਮਰੀ ਮੇਂ ਦੇਖ ਕਰ ਕੁਛ ਲੱਗ ਰਹਾ ਹੈ ਕਿ ਕਿਸ ਤਰ੍ਹਾਂ ਕਾ ਇਹ ਸ਼ੈਲ ਹੈ, ਕਹਾਂ ਕਾ ਆਰਮੀ ਕਾ ਹੈ, ਕਿਸ ਤਰੀਕੇ ਦਾ ਕੁਛ ਐਸਾ ਪ੍ਰਾਇਮਰੀ? ਨਹੀਂ, ਇਹ ਤੋ ਅਭੀ ਦਿਸ ਇਜ਼ ਅ ਮੈਟਰ ਆਫ ਡਿਫੈਂਸ ਓਨਲੀ। ਓਕੇ, ਪੁਲਿਸ ਅਭੀ ਇਨਵੈਸਟੀਗੇਟ ਕਰੇਗੀ ਯਹਾਂ ਕੈਸੇ ਆਇਆ, ਔਰ ਉਹ ਡਿਫੈਂਸ ਵਾਲੇ ਬਤਾਏਂਗੇ ਕਿ ਕਿਸਕਾ ਹੈ ਕਿਸਕਾ ਨਹੀਂ ਹੈ। ਜੀ ਸਰ, ਜੈਸੇ ਪਾਪੂਲੇਟਡ ਏਰੀਆ ਲੋਕੋ ਕੋ ਰੋਕਾ ਜਾ ਰਹਾ ਹੈ ਪਾਸ ਮੇਂ ਜਾਣੇ ਸੇ? ਹਾਂ ਬਿਲਕੁਲ ਬਿਲਕੁਲ, ਵੋ ਤੋ ਅਭੀ ਅਭੀ ਯਹਾਂ ਪੇ ਕਾਟਨ ਆਫ ਹੋ ਜਾਏਗਾ, ਪੂਰਾ ਪੁਲਿਸ ਕੀ ਟੀਮ ਲੱਗ ਜਾਏਗੀ ਯਹਾਂ ਪੇ ਏਰੀਆ ਕੀ। ਸਰ, ਰੈਸਕਿਊ ਟੀਮ ਕਿਆ ਕਰ ਰਹੀ ਹੈ ਯਹਾਂ ਪੇ, ਕਿਸ ਤਰ੍ਹਾਂ ਕਾ ਮਤਲਬ ਜੋ ਰੈਸਕਿਊ ਟੀਮ, ਹਮਾਰੀ ਟੀਮ ਆਈ ਥੀ ਮੌਕੇ ਪੇ, ਹਮਨੇ ਪਹੁੰਚੇ ਤੋ ਹਮਨੇ ਜਬ ਯੇ ਪਤਾ ਲਗਾ ਤੋ ਅਭੀ ਹਮਨੇ ਸੈਂਡ ਬੈਗ ਵਗੈਰਾ ਲਗਾਏ ਹੈ ਮਿਲ ਕੇ, ਬੰਬ ਡਿਸਪੋਜ਼ਲ ਕੀ ਟੀਮ ਥੀ ਪੂਰੀ। ਓਕੇ, ਉਨਕੇ ਸਾਥ ਉਨਕੀ ਹੈਲਪ ਕੀ ਹੈ ਹਮਨੇ, ਔਰ ਉਸਕੋ ਕਵਰ ਕੀਆ ਹੈ। ਠੀਕ ਹੈ। ਸਰ, ਆਸ ਪਾਸ ਕਾਫੀ ਵੀ ਆਈ ਪੀ ਏਰੀਆ, ਕੋਈ ਸਾਜਿਸ਼ ਲੱਗ ਰਹੀ ਹੈ ਜਾਂ ਕਿਆ ਹੈ? ਨਹੀਂ ਨਹੀਂ, ਇਹ ਤੋ ਕੋਈ ਚੀਜ਼, ਇਹ ਤੋ ਦਿਸ ਇਜ਼ ਅ ਟੋਟਲੀ ਇਨਵੈਸਟੀਗੇਸ਼ਨ ਮੈਟਰ। ਜੀ, ਅਭੀ ਇਹ ਯਹਾਂ ਤੱਕ ਕੈਸੇ ਪਹੁੰਚਾ ਜਾਏ ਤੋ ਉਹੀ ਬਤਾਏਂਗੇ ਨਾ। ਠੀਕ ਹੈ। ਤੋ ਸਰ, ਕੋਆਰਡੀਨੇਸ਼ਨ ਜੋ ਹੈ ਹੋ ਚੁੱਕੀ ਹੈ ਆਰਮੀ ਸੇ ਔਰ ਜਿਤਨੇ ਜੋ? ਹਾਂਜੀ ਹਾਂਜੀ ਬਿਲਕੁਲ, ਹਮਾਰੇ ਪੂਰੇ ਹਾਇਰ ਅਥਾਰਟੀਜ਼ ਕੇ ਐਡਮਿਨਿਸਟ੍ਰੇਸ਼ਨ ਕਾ ਉੱਪਰ ਬਾਤ ਚੱਲ ਰਹੀ ਹੈ। ਜੀ ਕੋਹਲੀ ਸਾਹਿਬ, ਇਹ ਸੀ ਐਮ ਹਾਊਸ ਸੇ ਜਾਂ ਸੈਕਟਰੇਟ ਸੇ ਮਹਿਜ਼ 2 ਜਾਂ 4 ਕਿਲੋਮੀਟਰ ਕੀ ਦੂਰੀ ਪੇ ਹੈ ਸਪੋਟ, ਤੋ ਕੁਛ ਯਾ ਸਸਪੈਕਟਿਡ ਜ਼ਿਆਦਾ ਵੈਸੇ ਲੱਗ ਰਹੇ ਹੈ? ਨਹੀਂ ਨਹੀਂ, ਐਸਾ ਨਹੀਂ ਹੈ, ਅਗਲ ਪਹਿਲੇ ਵੀ ਯਹਾਂ ਪੇ ਕਈ ਵਾਰ ਮਿਲੇ ਹੈ, ਓਲਡ ਏਰੀਆ ਯਹਾਂ ਪੇ ਬੜੀ ਵਾਰ ਮਿਲਤੇ ਵੀ ਹੈ। ਓਕੇ, ਐਸਾ ਕੋਈ ਇਸ਼ੂ ਨਹੀਂ ਹੈ, ਸਿਕਿਉਰਟੀ ਪੁਆਇੰਟ ਆਫ ਕਾ ਕੋਈ ਇਸ਼ੂ ਨਹੀਂ ਹੈ। ਕਬਾੜੀ ਵਗੈਰਾ ਵੀ ਜੇਕਰ ਜ਼ਿਆਦਾ ਹੈ ਯਹਾਂ ਪੇ? ਮੋਸਟਲੀ ਕਬਾੜੀ ਹੈ, ਇਹ ਵੋ ਹੀ ਹੋਤੇ ਹੈ, ਵੋ ਯਹਾਂ ਕੇ ਥੇ ਕਿ ਵੋ ਪੰਜਾਬ ਸੇ ਥੇ, ਵੋ ਕੌਣ ਥੇ, ਇਹ ਤੋ ਇਨਵੈਸਟੀਗੇਸ਼ਨ ਕੇ ਬਾਅਦ ਹੀ ਪਤਾ ਚਲੇਗਾ। ਠੀਕ ਹੈ ਜੀ, ਥੈਂਕ ਯੂ।